ਸਤਿ ਸ਼੍ਰੀ ਅਕਾਲ ਨਵੇਂ ਵਲੌਗ ਦਾ ਇੱਕ ਵਾਰ ਫਿਰ ਸਵਾਗਤ ਹੈ ਅਤੇ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪੰਜਾਬੀ ਟਰੈਵਲ ਕਪਲ ਅਤੇ ਅਸੀਂ ਘੁੰਮ ਰਹੇ ਹਾਂ ਪੰਜਾਬ। ਅੱਜ ਅਸੀਂ ਹਾਂ ਜਲਾਲਾਬਾਦ ਦੇ ਨੇੜੇ ਪਿੰਡਾਂ 'ਚ। ਇਹ ਪਿੰਡ ਹੈ ਗੱਟੀ ਹਾਸਿਲ ਅਤੇ ਬਿਲਕੁਲ ਬਾਰਡਰ 'ਤੇ ਪੈਂਦਾ। ਅੱਜ ਦੇ ਵਲੌਗ 'ਚ ਆਪਾਂ ਚੱਲਾਂਗੇ ਇੱਥੋਂ ਹੁਸੈਨੀ ਵਾਲੇ ਨੂੰ। ਅੱਜ ਦੇ ਵਲੌਗ 'ਚ ਆਪਾਂ ਪੂਰਾ ਰਾਏ ਸਿੱਖਾਂ ਦੇ ਪਿੰਡਾਂ ਵਿੱਚੋਂ ਦੀ ਲੰਘਣਾ ਕਿ ਕਿੱਥੇ ਕਿੱਥੇ ਰਾਏ ਸਿੱਖਾਂ ਦੇ ਪਿੰਡ ਹੈ ਅਤੇ ਰਾਏ ਸਿੱਖ ਕੌਣ ਹੁੰਦੇ ਆ ਉਹ ਤੁਹਾਨੂੰ ਦੇਖਣ ਨੂੰ ਮਿਲੂਗਾ। ਉਸ ਤੋਂ ਪਹਿਲਾਂ ਅਸੀਂ ਜਿਨ੍ਹਾਂ ਦੇ ਬਾਈ ਜੀ ਦੇ ਘਰ ਰਹੇ ਸੀ ਗੱਟੀ ਹਾਸਲ, ਇਹਨਾਂ ਦੀ ਜ਼ਮੀਨ ਹੈਗੀ ਜ਼ੀਰੋ ਲਾਈਨ 'ਤੇ, ਮਤਲਬ ਫੈਂਸਿੰਗ ਤੋਂ ਪਾਰ, ਅਤੇ ਇਹਨਾਂ ਦੀ ਪੈਲੀ ਦੇਖ ਕੇ ਉਹਨੇ ਆਪਾਂ ਨੂੰ ਉਹ ਦਿਖਾ ਕੇ ਆਉਣਗੇ ਕਿਉਂਕਿ ਸਾਡੇ ਦਿਲ ਦੀ ਬਹੁਤ ਰੀਸ ਸੀਗੀ ਕਿ ਅਸੀਂ ਜਿਹੜੀ ਪਾਰ ਵਾਲੀ ਜ਼ਮੀਨ ਆ ਉਹ ਦੇਖ ਕੇ ਆਈਏ। ਬਾਈ ਜੀ ਅਲਾਊਡ ਕਰ ਦਿੰਦੇ ਆ? ਬਾਈ ਕਹਿੰਦੇ ਅਲਾਊਡ ਕਰ ਦੇਣਗੇ ਵੀ ਅਸੀਂ ਤੁਹਾਨੂੰ ਲੈ ਕੇ ਚੱਲਾਂਗੇ, ਵੀ ਮੈਂ ਨਾਲ ਲੈ ਕੇ ਜਾਊਂਗਾ। ਸੋ ਦੇਖਦੇ ਰਹੋ ਅੱਜ ਦਾ ਵਲੌਗ, ਉਮੀਦ ਕਰਦਾ ਤੁਹਾਨੂੰ ਪਸੰਦ ਆਊਗਾ। ਆ ਬਾਈ ਹੋਰਿਆਂ ਦੀ ਪੈਲੀ ਆ ਬਾਈ ਇੱਧਰ ਤਾਰ ਦੇ ਪਰਾਂ ਵਾਲੇ ਪਾਸੇ। ਹੁਣ ਅਸੀਂ ਤਾਰ ਦੇ ਪਰਾਂ ਵਾਲੇ ਪਾਸੇ ਜਾਵਾਂਗੇ, ਉੱਧਰ ਵੀਡੀਓਗ੍ਰਾਫੀ ਅਲਾਊਡ ਨਹੀਂ ਹੈਗੀ ਅਤੇ ਉਹ ਦਰਖਤ ਆ ਜਿਹੜੇ ਉਹ ਜ਼ੀਰੋ ਲਾਈਨ 'ਤੇ ਹੈ। ਅਤੇ ਕਿੰਨੇ ਕਿੱਲੇ ਪੈਲੀ ਆ ਬਾਈ? ਆਪਣੀ ਹੈਗੀ ਜੀ 15-20 ਕਿੱਲੇ ਜ਼ਮੀਨ ਜੀ। 20 ਕਿੱਲੇ ਜ਼ਮੀਨ ਹੈ ਪਰਾਂ ਵਾਲੇ ਪਾਸੇ ਅਤੇ ਵੀਡੀਓ ਇੱਥੇ ਤੱਕ ਹੀ ਆ ਬਸ, ਇੱਦੂ ਗਾਂ ਰਿਸਟ੍ਰਿਕਟਡ ਏਰੀਆ। ਬਾਈ ਆ ਰਹੇ ਇੱਧਰੋਂ ਖੇਤੀ ਕਰਕੇ, ਦੇਖੋ ਐਂ ਇੱਧਰ ਖੇਤੀ ਹੁੰਦੀ ਆ ਬਾਈ। ਜੋ ਪਹਿਲੀ ਵਾਰੀ ਮੌਕਾ ਮਿਲਿਆ ਪੰਜਾਬ ਟੂਰ ਦੌਰਾਨ ਯਾਰ, ਬਹੁਤ ਕੁਛ ਦੇਖਣ ਨੂੰ ਮਿਲਿਆ। ਜ਼ਮੀਨਾਂ ਆਪਣੀਆਂ, ਇਹ ਪੰਜਾਬ ਦੀਆਂ ਜ਼ਮੀਨਾਂ ਨੇ ਅਤੇ ਇੱਥੇ ਖੇਤੀ ਖੁਤੀ ਹੁੰਦੀ। ਹਾਂਜੀ, ਖੁਸ਼ੀ ਕਹਿੰਦੀ ਟਰੈਕਟਰ ਭਜਾ ਕੇ ਲੈ ਜੂੰਗੀ ਮੈਂ। ਹੈਂ ਐਂ ਕਿਵੇਂ ਲੈ ਜਾਈ ਖੁਸ਼ੀ? ਹੋਰ ਨਾ ਤੂੰ ਲਾਹੌਰ ਲੈ ਜਾਈ, ਕਦੇ ਲਾਹੌਰ ਵਾੜ ਦੇ ਲੈ ਜਾ ਕੇ ਕਿਉਂ ਬਾਈ? ਸਹੀ ਇਹ ਸਾਰੇ ਨਾ ਰਾਏ ਸਿੱਖਾਂ ਦੇ ਪਿੰਡ ਹੈ ਅਤੇ ਪਹਿਲਾਂ ਤੱਕੜੀ ਦੇ ਬਹੁਤ ਵੱਡੇ ਫੈਨ ਸੀ, ਝੰਡੇ ਝੁੰਡੇ ਤੱਕੜੀ ਦੇ ਲਾ ਰੱਖੇ ਇਹਨਾਂ ਨੇ। ਹੁਣ ਵੀ ਤੱਕੜੀ ਦੇ ਫੈਨ। ਬਾਈ ਜੀ ਕੀ ਹਾਲ ਨੇ? ਆ ਜਾਓ। ਆ ਬਾਈ ਮੈਂ ਲਾਇਆ ਯੂਟਿਊਬ ਵਾਲੇ ਪੇ। ਯੂਟਿਊਬ ਵਾਲੇ ਆਹ ਦੇਖੋ ਤੱਕੜੀ ਦੇ ਝੰਡੇ ਲਾ ਰੱਖੇ ਯਾਰ ਇਹਨਾਂ ਨੇ ਪਿੰਡਾਂ ਦੇ ਪਿੰਡਾਂ 'ਚ ਪੂਰੇ, ਅਤੇ ਅਸਲ 'ਚ ਘੁਬਾਏ ਦੇ ਫੈਨ ਇਹ। ਰਸਤੇ ਜਾਂਦੇ ਸਾਨੂੰ ਸੁਖਬੀਰ ਬਾਦਲ ਸਾਹਿਬ ਮਿਲੇ ਨੇ, ਬਿਲਕੁਲ ਸੁਖਬੀਰ ਬਾਦਲ ਸਾਹਿਬ ਵਰਗੇ ਆ। ਜੇ ਤੁਹਾਨੂੰ ਲੱਗਿਆ ਬਈ ਕਮੈਂਟ ਜ਼ਰੂਰ ਕਰਿਓ ਇਹਨਾਂ ਨੂੰ ਦੇਖ ਕੇ, ਅਤੇ ਸਾਡਾ ਹੌਸਲਾ ਵਧਾਉਣ ਲਈ ਆਏ ਆ। ਕਹਿੰਦੇ ਵੀ ਸਪੈਸ਼ਲ ਪੰਜਾਬੀ ਟਰੈਵਲ ਕਪਲ, ਤੁਸੀਂ ਮੋਟਰਸਾਈਕਲ 'ਤੇ ਪੰਜਾਬ ਘੁੰਮ ਰਹੇ, ਕੁਛ ਐਲਾਨ ਕਰ ਦਿਓ ਜੀ। ਉਹ ਚੁੰਮਰਾ ਪਾ ਦੂਗਾ ਬੰਦਾ ਪਤਾ ਇਹ। ਕਹਿੰਦੇ ਰਾਏ ਸਿੱਖਾਂ ਬਾਰੇ ਸਾਨੂੰ ਦੱਸਦੇ ਸੀ ਕਿਉਂਕਿ ਰਾਏ ਸਿੱਖਾਂ ਦੇ ਪਿੰਡਾਂ ਵਿੱਚੋਂ ਦੀ ਅਸੀਂ ਲੰਘ ਰਹੇ ਹਾਂ ਸਾਰੇ। ਰਾਏ ਸਿੱਖ ਆਓ ਜੀ, ਆਇਆਂ ਨੂੰ ਜਿਹੜਾ ਮਰਜ਼ੀ ਆਓ ਦਿਖਾਵਾਂਗੇ ਰਾਏ ਸਿੱਖਾਂ ਦੇ ਪਿੰਡ ਸਾਰੇ। ਹਾਂਜੀ, ਚਲੋ ਥੈਂਕ ਯੂ, ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਸੱਚੀ। ਕਿਉਂਕਿ ਮੈਨੂੰ ਲੱਗਦਾ ਜੇ ਕਦੇ ਨਾ ਬਾਦਲ ਸਾਹਿਬ ਵੀ ਜੇ ਤੁਹਾਨੂੰ ਮਿਲਦੇ ਹੋਣੇ ਛੋਟੇ, ਉਹ ਕਹਿੰਦੇ ਹੋਣਗੇ ਹਨਾ ਵੀ ਹਾਂ ਕਾਪੀ। ਬਿਲਕੁਲ ਸਹੀ ਗੱਲ ਹੈ। ਤੁਹਾਨੂੰ ਕਿਵੇਂ ਲੱਗਿਆ ਜ਼ਰੂਰ ਦੱਸਿਓ ਯਾਰ, ਮੈਂ ਠੀਕ ਕਰੂੰਗਾ ਤੁਹਾਡੇ ਕਮੈਂਟਸ ਦੀ। ਪੇਜ 'ਤੇ ਪੋਸਟ ਪਾਓ ਸਰ ਤੁਸੀਂ, ਜਿਹੜਾ ਅਫੀਸ਼ੀਅਲ ਤੁਹਾਡਾ ਚੱਲਦਾ ਸੁਖਵੀਰ ਸਿੰਘ ਬਾਦਲ ਵੀ ਪੰਜਾਬੀ ਟਰੈਵਲ ਕਪਲ ਟਰੈਵਲ। ਕਿੱਥੇ ਜਾਓਗੇ? ਹਾਂ ਚਲੋ ਵੋਟਾਂ ਪਿੰਡੋਂ ਪਿੰਡ ਹੀ ਜਾਓਗੇ, ਪ੍ਰਚਾਰ ਕਰੋ ਸਾਡਾ। ਇਹ ਸਾਰੇ ਪਿੰਡ ਆ ਨਾ ਜਿਹੜੇ ਇਹ ਰਾਜ ਸਿੱਖਾਂ ਦੇ ਪਿੰਡ ਆ, ਮਤਲਬ ਰਾਜ ਸਿੱਖ ਰਹਿੰਦੇ ਆ ਇਹ ਸਾਰੇ ਏਰੀਏ। ਆ ਦੇਖੋ ਇੱਧਰ ਸੋਹਣੇ ਪਿੰਡ ਨੇ, ਆ ਇੱਧਰ ਦੇਖੋ ਚੱਕੜ ਗਲੀਆਂ ਗੁੜੀਆਂ ਵਿਕਾਸ ਕਿੰਨਾ ਹੋਇਆ ਹੋਇਆ। ਇਹਨਾਂ ਫਿਰੋਜ਼ਪੁਰ ਤੱਕ ਹੀ ਚੱਲਣਗੇ, ਮਤਲਬ ਜਲਾਲਾਬਾਦ ਏਰੀਏ ਦਾ ਟੌਪ ਹੋ ਜਾਂਦਾ ਅਤੇ ਜਲਾਲਾਬਾਦ ਤੋਂ ਪਿੱਛੇ ਘਟਣੇ ਸ਼ੁਰੂ ਹੋ ਜਾਣਗੇ ਜਦੋਂ ਅਸੀਂ ਜਲਾਲਾਬਾਦ ਲੰਘਗੇ। ਜਦੋਂ ਫਿਰੋਜ਼ਪੁਰ ਨੂੰ ਲੰਘਾਂਗੇ ਅਤੇ ਉਦੋਂ ਥੋੜ੍ਹਾ ਜਿਹਾ ਇਲਾਕਾ ਮੈਨੂੰ ਲੱਗਦਾ ਵੀ ਵਧੀਆ ਹੋਜੂ, ਕਿਉਂਕਿ ਫਾਜ਼ਿਲਕਾ ਤੋਂ ਜਲਾਲਾਬਾਦ ਮਤਲਬ ਪੂਰੇ ਫਾਜ਼ਿਲਕਾ ਜ਼ਿਲ੍ਹੇ 'ਚ ਰਾਜ ਸਿੱਖ ਰਹਿੰਦੇ ਆ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਮਤਲਬ ਚੰਗਾ ਲੱਗਿਆ ਤੁਸੀਂ ਮਿਲਣਾ? ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ ਇਧਰ। ਸਤਿ ਸ਼੍ਰੀ ਅਕਾਲ ਜੀ। ਹੈਲੋ ਔਨ ਕੈਮਰਾ। ਇਧਰ ਪੈਲੀ ਸੀਗੀ ਇਹਨਾਂ ਬਾਈ। ਹਾਂਜੀ ਹਾਂਜੀ ਹਾਂਜੀ। ਫੈਂਸਿੰਗ ਤੋਂ ਪੁੱਛੋ, ਅਸੀਂ ਉਹ ਦੇਖਣ ਚਲੇ ਗਏ ਸੀ, ਨਹੀਂ ਤਾਂ ਅਸੀਂ 10 ਕੁ ਵਜੇ ਲੰਘ ਜਾਣਾ ਸੀਗਾ। ਇਹ ਪਹਿਲਾਂ ਕੁਬਾਏ ਵੇਟ ਕਰਦੇ ਰਹੇ, ਕੁਬਾਏ ਸਾਡਾ ਹੈਗਾ ਤਾਂ ਕੁਬਾਏ ਦੀ ਚੱਕਰ ਤਾਂ ਤੁਹਾਨੂੰ ਜ਼ਰੂਰ ਆ। ਇੱਕ ਤਾਂ ਤੁਹਾਨੂੰ ਸਰਦੀ ਲੱਗਦੀ ਹੋਣੀ। ਹਾਂਜੀ ਥੈਂਕ ਯੂ, ਥੈਂਕ ਯੂ ਸੋ ਮੱਚ। ਓਕੇ ਆ ਨਾਲ ਖਜੂਰ ਇਹ ਲੈ ਬਈ, ਇਹ ਸਰਦੀਆਂ ਦਾ ਸਮਾਨ ਆ ਗਿਆ ਸਪੈਸ਼ਲ, ਕਹਿੰਦੇ ਠੰਡ ਲੱਗਦੀ। ਅਸੀਂ ਲੈਣੀ ਵੀ ਸੀ ਵੈਸੇ, ਆਪਾਂ ਝਾਰੇ ਗੱਲ ਲਏ ਸੀਗੇ, ਝਾਰੇ ਗੱਲ ਲਏ ਵੀ ਆ ਬਾਈ ਨੂੰ ਕਿਹਾ ਵੀ ਝਾਰੇ ਲੈਣੇ। ਇਹ ਜੀ ਜਲਾਲਾਬਾਦ ਦਾ ਏਰੀਆ ਗਿਆ ਵਿਕਾਸ ਵਾਲਾ, ਮਤਲਬ ਜਿਹੜਾ ਸਿਰੇ ਦਾ ਵਿਕਾਸ ਹੈ। ਪਾਣੀ 'ਚ ਇੱਥੇ ਕਿਸ਼ਤੀਆਂ, ਪਾਣੀ 'ਚ ਮੋਟਰਸਾਈਕਲ ਤਰੂਗਾ, ਪਹਿਲਾਂ ਬੱਸਾਂ ਦਾ ਤਰਦੀਆਂ ਫਿਰਦੀਆਂ। ਖੇਡ ਲਓ, ਮੈਨੂੰ ਲੱਗਦਾ ਸਵਿਮਿੰਗ ਪੂਲ ਹੀ ਆ। ਵਾਓ ਨਾਈਸ ਪੂਲ ਗਾਈਸ, ਜੇ ਕਿਸੇ ਨੇ ਸਵਿਮਿੰਗ ਕਰਨੀ ਹੈ ਕਮ ਔਨ। ਇੱਧਰ ਦੇ ਤਾਂ ਇਹਦੇ ਤਾਂ ਕਰੇ ਮੜੇ।
ਜੰਗ ਜਿੱਤ ਦੇ ਬਰਾਬਰ ਹੈ ਅਈ ਨਾ ਸੀ ਰਾਹ ਜਾਂਦੇ ਖੜੇ ਆ ਤੇ ਫੱਤੂ ਵਾਲੇ ਪਿੰਡ ਦੇ ਨੇੜੇ ਤੇੜੇ ਦਾ ਏਰੀਆ ਇਹ ਤੇ ਜ਼ਿਲ੍ਹਾ ਫਾਜ਼ਿਲਕਾ ਹੀ ਪੈਂਦਾ ਜਲਾਲਾਬਾਦ ਏਰੀਆ ਵੈਸੇ ਤੇ ਆ ਬਾਈ ਜੀ ਤੋਂ ਪੁੱਛਿਆ ਸੀ ਮਤਲਬ ਵੀ ਇਹ ਕੀ ਆ ਇੰਨੀਆਂ ਡੂੰਘੀਆਂ ਡੂੰਘੀਆਂ ਖੱਡਾਂ ਤੇ ਜਿਹੜੀ ਆਪਾਂ ਸੁਣਦੇ ਹੁੰਦੇ ਨਾ ਯਾਰ ਵੀ ਮਾਈਨਿੰਗ ਹੁੰਦੀ ਹੈ ਵੀ ਪੰਜਾਬ 'ਚ ਮਾਈਨਿੰਗ ਹੋ ਰਹੀ ਹੈ ਇੰਨੀ ਇਹ ਸਾਰਾ ਮਾਈਨਿੰਗ ਹੈ ਬਾਈ ਨੇ ਦੱਸਿਆ ਮੈਂ ਕਿਹਾ ਇੰਨੇ ਡੂੰਘੇ ਖੱਡੇ ਕਿਵੇਂ ਪੈ ਗਏ ਤੇ ਇਹ ਕਹਿੰਦੇ ਜੀ ਸਾਰਾ ਜਿੰਨਾ ਰੇਤਾ ਕੱਢਿਆ ਗਿਆ ਇੱਥੋਂ ਏਰੀਏ ਤੱਕ ਯਾਰ ਇੰਨਾ ਲੰਬਾ ਲੰਬਾ ਏਰੀਆ ਮਤਲਬ ਕਿਉਂਕਿ ਇਹ ਦਰਿਆ ਵਾਲਾ ਏਰੀਆ ਸਾਰਾ ਤੇ ਇੱਥੋਂ ਲੋਕ ਐਂ ਮਤਲਬ ਇਲੀਗਲੀ ਸ਼ਾਇਦ ਕੱਢਦੇ ਹੋਣਗੇ ਹਨਾ ਯਾਰ ਕਿੱਡੇ ਕਿੱਡੇ ਟੋਏ ਪਏ ਪਏ ਆ 40-50 ਫੁੱਟ ਥੱਲੇ ਆ ਬਾਈ ਜੀ ਤੇ ਸਾਰੇ ਕਿਤੇ ਇਹ ਏਰੀਏ 'ਚ ਹੈ ਬਾਈ ਕਹਿੰਦੇ ਮਤਲਬ ਇੱਧਰਲੇ ਇਲਾਕੇ 'ਚ ਸਾਰੇ ਕਿਤੇ ਅਸੀਂ 40-50 ਫੁੱਟ ਦੇ ਖੱਡੇ ਆ ਇਹ ਜਦੋਂ ਦਾ ਅਸੀਂ ਟੂਰ ਸਟਾਰਟ ਕੀਤਾ ਅੱਜ ਅਸੀਂ ਪੈਟਰੋਲ ਪੰਪ ਤੇ ਆ ਰਹੇ ਹਾਂ ਅੱਜ ਅਸੀਂ ਮੇਨ ਰੋਡ ਤੇ ਆਏ ਹਾਂ ਕਿਉਂਕਿ ਅਸੀਂ ਤੇਲ ਪਵਾਉਣਾ ਸੀ ਸ਼ੈਂਪੀ ਦੀ ਡੱਡੀ ਨੇ ਦਿੱਤਾ ਸੀ ਜਵਾਬ ਜਮਾਂ ਉਹ ਕਹਿੰਦੀ ਮੈਨੂੰ ਪਹਿਲਾਂ ਆਪ ਤਾਂ ਰੋਜ਼ ਚਾਹ ਪਾਣੀ ਪੀਂਦੇ ਹੋ ਮੈਨੂੰ ਤਾਂ ਕੁਛ ਖਵਾ ਪਿਲਾ ਦਿਓ ਸੋ ਅਸੀਂ ਆ ਗਏ ਅੱਜ ਪੈਟਰੋਲ ਸਟੇਸ਼ਨ ਤੇ ਪਾ ਦਿਓ ਬਾਈ 400 ਦਾ ਪਤਾ ਨਹੀਂ ਪਊਗਾ ਨਾ 400 ਦਾ ਦੇਖ ਲਿਓ ਮਾੜਾ ਜਿਹਾ ਇਹ ਕਿਹੜਾ ਇਲਾਕਾ ਕਿਹੜਾ ਇਹ ਹਾਂਜੀ ਜਲਾਲਾਬਾਦ ਬਾਈ ਜਲਾਲਾਬਾਦ ਕੋਲੇ ਦੇਖ ਲਓ ਮੇਨ ਰੋਡ ਤੇ ਆਉਣਾ ਪੈ ਗਿਆ ਸਾਨੂੰ ਕਿਉਂਕਿ ਤੇਲ ਖਤਮ ਹੋ ਗਿਆ ਯਾਰ ਪਿੰਡਾਂ 'ਚ ਪੈਟਰੋਲ ਪੰਪ ਨਹੀਂ ਆਉਂਦੇ ਹੈਗੇ ਫਿਰ ਐਵੇਂ ਖੜੇ ਰਹਿੰਦੇ ਕਿਤੇ ਕੋਈ ਕਿਸੇ ਮਿੱਤਰ ਨੂੰ ਕਹਿੰਦਾ ਮੈਂ ਵੀ ਭਾਈ ਤੇਲ ਲਿਆ ਕੇ ਦੇ ਯਾਰ ਤੇਲ ਪਾ ਕੇ ਯਾਰ ਲੈ ਬਾਈ ਹੁਣ ਫੁੱਲ ਕਰਦੇ ਹੁਣ ਅੱਗੇ ਲੋੜ ਨਾ ਪਵੇ ਦੇਰੇ ਬਾਬੇ ਨਾਨਕ ਤੱਕ ਸ਼ੁਕਰੀਆ ਬਾਈ ਪੈਸੇ ਦੇਵਾਂਗੇ ਆਪਾਂ ਹਾੜੀ ਵੱਢ ਕੇ ਪਿਛਲੇ ਪੈਟਰੋਲ ਪੰਪ 'ਤੇ ਵੀ ਧਾਰੀ ਕੀਤਾ ਸੀਗਾ ਠੀਕ ਹੈ ਬਾਈ ਬਾਈ ਕਹਿੰਦਾ ਮੈਂ ਵੀਡੀਓ ਦੇਖਦਾ ਹੁੰਦਾ ਯਾਰ ਅਤੇ ਫਿਰ ਮੈਂ ਕਿਹਾ ਧਾਰ ਕਰਾ ਦੇ ਯਾਰ ਬਾਈ ਲੈ ਭਰਾ ਧੰਨਵਾਦ ਯਾਰ ਕੱਢੀ ਯਾਰ ਕੱਢੀ ਬਾਈ 500 ਕੱਢ ਲੈ ਜੋ ਵਿੱਚ 500 ਦਾ ਹੋਣਾ ਇੱਕ ਥੈਂਕ ਯੂ ਧੰਨਵਾਦ ਯਾਰ ਬਾਈ ਪੈਟਰੋਲ ਪਵਾ ਲਿਆ ਬਾਈ ਟੈਂਕੀ ਹੁਣ ਫੁੱਲ ਹੋ ਗਈ ਕੇਰਾਂ ਫਿਰ ਡੇਰਾ ਬਾਬਾ ਨਾਨਕ ਤੱਕ ਹੁਣ ਲੋੜ ਨਹੀਂ ਪੈਣੀ ਅਤੇ ਹੁਣ ਅਸੀਂ ਦੁਬਾਰਾ ਫਿਰ ਪਿੰਡਾਂ ਵਿੱਚੋਂ ਦੀ ਹੁਣ ਜਿਹੜੇ ਜਲਾਲਾਬਾਦ ਦੇ ਨੇੜੇ ਤੇੜੇ ਦੇ ਜਿਹੜੇ ਪਿੰਡ ਦੇ ਨਾ ਅਤੇ ਉਹਨਾਂ 'ਚ ਦੁਬਾਰੇ ਵੜ ਜਾਣਾ ਅਤੇ ਇੱਥੋਂ ਹਸੈਲੀਆਂ ਨੂੰ ਜਾਵਾਂਗੇ ਸ਼ਾਇਦ ਮਮਦੋਟ ਵਗੈਰਾ ਭੱਜੇ ਕੇ ਹਥਾੜ ਉਤਾੜ ਇਹ ਸਾਰਾ ਏਰੀਆ ਆਊਗਾ ਇੱਥੋਂ ਮੈਨੂੰ ਲੱਗਦਾ ਇੱਥੋਂ 40 ਕਿਲੋਮੀਟਰ ਰਹਿ ਗਿਆ ਹਸੈਲੀਆਂ ਵਾਲਾ ਅਤੇ ਖੁਸ਼ੀ ਤੁਸੀਂ ਵੀ ਭੈਣ ਜੀ ਮੂੰਹ ਮਿੱਠਾ ਕਰੀਏ ਜਿਹੜਾ ਸਾਨੂੰ ਤਾਂ ਚੀਜ਼ਾਂ ਹੀ ਵਾਲੀਆਂ ਮਿਲਦੀਆਂ ਜਿਹੜਾ ਬੰਦਾ ਆਉਂਦਾ ਪਹਿਲਾਂ ਝਾਰਿਆਂ ਦਾ ਪੈਕਟ ਦੇ ਕੇ ਗਿਆ ਠੰਡ ਬਹੁਤ ਹੈ ਯਾਰ ਲੋਹੜੀ ਦਾ ਸੁਧਾਰਾ ਰਾਹ ਗਰੇਡਾ ਕਹਿੰਦੇ ਲਾਸਟ ਗਰੇਡਾ ਨੇ ਪੰਜਾਬ ਦਾ ਵੀ ਤੇ ਇੰਡੀਆ ਦਾ ਵੀ ਲਾਸਟ ਗਰੇਡਾ ਕਹਿੰਦੇ ਅੱਛਾ ਪੂਰੇ ਬਾਰਡਰ ਨੂੰ ਜਿਹੜੇ ਮਤਲਬ ਲਾਈਟਾਂ ਲੂਟਾਂ ਚੱਲਦੀਆਂ ਠੀਕ ਹੈ ਬਾਈ ਜੀ ਕਹਿੰਦੇ ਮੈਂ ਕਿਹਾ ਸੀ ਵੀ ਅਸੀਂ ਲੇਟ ਹੋ ਰਹੇ ਹਾਂ ਕਹਿੰਦੇ ਭਾਵੇਂ ਲੇਟ ਹੋ ਰਹੇ ਤੁਹਾਨੂੰ ਗਰੇਡ ਦਿਖਾ ਕੇ ਭੇਜਣਾ ਸੋ ਇਹ ਹੈ ਇਹ ਵੀ ਚਲੋ ਸਾਡੇ ਲਈ ਇੱਕ ਮੈਮਰੀ ਬਣ ਗਈ ਥੈਂਕ ਯੂ ਸੋ ਮੱਚ ਹੁਣ ਅਸੀਂ ਫਾਜ਼ਿਲਕਾ ਤੋਂ ਫਿਰੋਜ਼ਪੁਰ ਡਿਸਟ੍ਰਿਕਟ 'ਚ ਐਂਟਰ ਹੋ ਗਏ ਅਤੇ ਇੱਧਰ ਪਿੰਡਾਂ ਦੀ ਹਾਲਤ ਵੀ ਕੁਛ ਸੁਧਰਨ ਲੱਗ ਗਈ ਏਰੀਆ ਵੀ ਸੁਧਰਨ ਲੱਗ ਗਿਆ ਅਜੇਰ ਦਿਨ ਬਹੁਤ ਸੋਹਣਾ ਧੁੱਪ ਨਿਕਲੀ ਹੋਈ ਹੈ ਅਤੇ ਜਦੋਂ ਦੇ ਨਾ ਅਸੀਂ ਜਲਾਲਾਬਾਦ ਛੱਡ ਗਿਆ ਫਿਰੋਜ਼ਪੁਰ ਦੇ ਪਿੰਡਾਂ 'ਚ ਆਏ ਹਾਂ ਜਦੋਂ ਦਾ ਫਿਰੋਜ਼ਪੁਰ ਡਿਸਟ੍ਰਿਕਟ ਸ਼ੁਰੂ ਹੋਇਆ ਪਿੰਡ ਪੁੰਡ ਘੈਂਟ ਹੋਣ ਲੱਗੇ ਅਤੇ ਲੋਕ ਵੀ ਥੋੜ੍ਹੇ ਜਿਹੇ ਮਤਲਬ ਸਟੈਂਡਰਡ ਵਾਲੇ ਹੋਣ ਲੱਗੇ ਕਿਉਂਕਿ ਯਾਰ ਨਾ ਇੱਧਰ ਦਾ ਫਿਰੋਜ਼ਪੁਰ ਦਾ ਏਰੀਆ ਥੋੜ੍ਹਾ ਜਿਹਾ ਵਧੀਆ ਅਤੇ ਫਾਜ਼ਿਲਕਾ ਦਾ ਏਰੀਆ ਮਤਲਬ ਲੋਕਾਂ ਕੋਲ ਪੈਲੀ ਪੂਲੀ ਘੱਟ ਆ ਅਤੇ ਜਾਂ ਉਸ ਕਿਸਮ ਕਰਕੇ ਮਤਲਬ ਕਿਵੇਂ ਵੀ ਸਮਝ ਲਓ ਇਹਨੂੰ ਅਤੇ ਵਸੀਲੇ ਇੰਨੇ ਹੈ ਨਹੀਂ ਗੇ ਪਿੰਡਾਂ ਪੁੰਡਾਂ ਦੇ ਮਤਲਬ ਨਿਹਾਰ ਵੀ ਚੇਂਜ ਹੋਣ ਲੱਗ ਗਈ ਹੁਣ ਪਿੰਡ ਹੁਣ ਥੋੜ੍ਹੇ ਜਿਹੇ ਘਰ ਪੱਕੇ ਆਉਣ ਲੱਗੇ ਆਹ ਮੈਂ ਲੱਗਦਾ ਆਲੂ ਲਾ ਰੱਖਿਆ ਇੱਧਰ ਆਲੂ ਸਬਜ਼ੀਆਂ ਬਹੁਤ ਲਾਉਂਦੇ ਆ ਯਾਰ ਇਹ ਏਰੀਏ 'ਚ ਸਾਰੇ 'ਚ ਹੋ ਉਹਨਾਂ ਪਰਾਂ ਗੰਢੇ ਲਾ ਰੱਖਿਆ ਸਾਰੇ ਗੰਢੇ ਬੀਜੇ ਹੋਏ ਆ ਠੀਕ ਹੈ ਅਤੇ ਕਣਕ ਘੱਟ ਦਿਖਦੀ ਹੈ ਇੱਥੇ ਮਤਲਬ ਹੋਰ ਸਬਜ਼ੀਆਂ ਕਿਉਂਕਿ ਜਦੋਂ ਦੇ ਅਸੀਂ ਫਿਰੋਜ਼ਪੁਰ ਜ਼ਿਲ੍ਹੇ 'ਚ ਬਣੇ ਹਾਂ ਅਤੇ ਸਾਰਾ ਐਵੇਂ ਦੇਖਣ ਨੂੰ ਮਿਲ ਰਿਹਾ ਉਹ ਇੱਧਰ ਨੂੰ ਮੁੜਦੀ ਹੈ ਅੱਗੇ ਖੁੰਦੜ ਹਥਾੜ ਵੀ ਇੱਧਰ ਹੀ ਹੈ ਨਹੀਂ ਖੁੰਦੜ ਹਥਾੜ ਵੀ ਇੱਧਰ ਨੂੰ ਹੈ ਖੁੰਦੜ ਹਥਾੜ ਅਸੀਂ ਹਜ਼ਾਰਾ ਸਿੰਘ ਵਾਲੇ ਨੂੰ ਜਾਣਾ ਓਕੇ ਅੱਜ ਦਾ ਸਾਡਾ ਸਫ਼ਰ ਲੰਬਾ ਰਹੂਗਾ ਥੋੜ੍ਹਾ ਜਿਹਾ ਅਤੇ ਅਸੀਂ ਰੁਕਾਂਗੇ ਵੀ ਘੱਟ ਕਿਉਂਕਿ 70 ਕਿਲੋਮੀਟਰ ਦਾ 'ਚ ਅਸੀਂ ਸਫ਼ਰ ਵੀ ਤੈਅ ਕਰਨਾ ਅਤੇ ਹੁਸੈਨੀ ਵਾਲੇ ਵੀ ਪਹੁੰਚਣਾ 3 ਵਜੇ ਨੂੰ ਕਿਉਂਕਿ ਨਾ ਹੁਸੈਨੀ ਵਾਲੇ ਪਹੁੰਚ ਕੇ ਮਤਲਬ ਜਿਹੜੀ ਪਰੇਡ ਹੁੰਦੀ ਆ
ਸਰਮਨੀ ਉਹ ਦੇਖਣੀ ਹੈ ਤੇ ਉਸ ਤੋਂ ਬਾਅਦ ਕਹਿੰਦੇ ਐਂਟਰੀ ਨਹੀਂ ਦਿੰਦੇ ਹੈਗੇ। ਕੱਲ ਅਸੀਂ ਬਹੁਤ ਪਿੰਡਾਂ ਵਿੱਚ ਦੀ ਰੁਕ ਰੁਕ ਕੇ ਕੱਲ 40 ਕਿਲੋਮੀਟਰ ਕੱਢਿਆ ਸੀ ਸਿਰਫ 5-6 ਘੰਟਿਆਂ ਚ ਅੱਜ ਅਸੀਂ ਕਹਿਣਾ 70-6 ਘੰਟਿਆਂ ਚ ਦੁਪਹਿਰ ਦਾ ਟਾਈਮ ਹੈ ਜੀ ਤੇ ਭੁੱਖ ਸਾਨੂੰ ਵੈਸੇ ਵੀ ਲੱਗ ਰਹੀ ਸੀਗੀ ਤੇ ਅਸੀਂ ਪਹੁੰਚ ਗਏ ਸੀ ਮਮਦੋਟ ਅਸੀਂ ਕੁਛ ਖਾਣ ਪੀਣ ਰੁਕੇ ਸੀਗੇ ਤੇ ਬਾਈ ਜੀ ਮਿਲ ਗਏ ਇਹਨਾਂ ਨੇ ਪਛਾਣ ਲਿਆ ਇਹ ਕਹਿੰਦੇ
ਇਹ ਬਾਈ ਜੀ ਦਾ ਘਰ ਹੈ। ਸ਼ੁਕਰੀਆ ਬਹੁਤ ਬਹੁਤ। ਹਾਂਜੀ सफर साडा ज्यादा लंबा होने करके असि पिंडां च थोड़ा जिहा घट रुक रहे हैं क्योंकि मतलब जे रुकते हैं फिर टाइम बहुत ज्यादा लग जाता है। रोड भी ऐसे पिंडे जो कस्बों तो कस्बों जाते हैं ना मतलब लिंक रोड जमा छड के थोड़े जे होर रोड फड़े क्योंकि मतलब 70 किलोमीटर तय करना जो शाम तक वह भी 4 बजे तक 11 बजे 10:30 बजे शुरू किया अज का सफर तो 4 बजे तक पहुँचना क्योंकि 70 किलोमीटर जो पिंडों की प्रॉपरली करते फिर थोड़ा जहा औखा हो जाता है। वैसे ना राय सिखा के पिंडा च असी खड़ना सीगा ते राय सिख तुहानू दिखाउणे सीगे असल च ना थोड़ा जिहा दसदा मैं जिवें राय सिख ने जिहड़े जलालाबाद के नेड़े तेड़े ने सारे क्योंकि राय सिख एक कम्यूनिटी है जिवें जट सिख आ जांदे ने मजहबी सिख आ जांदे ने उवें राय सिख है। वैसे कहना नहीं चाहिए क्योंकि जातां पातां गुरु साहब ने मना ही किया है तो यह भी तुहानू तां दस रहा क्योंकि फिर कमेंट्स के कई विद्वानी दिखाउण लग जांदे ने है ना तो पर एक्चुअल च है प्रैक्टिकल अपने पिंडा च है जिहड़े मतलब जिहड़ी जलालाबाद सीट है। वैसे सुखबीर बादल ही जलालाबाद तो लड़दा भी है तो सुखबीर बादल हो गया जां शेर सिंह घुबाया हो गया जां दविंदर घुबाया हो गया असल च ये सारे राय सिख की वोट है पूरी इस एरिए च ते ये पिंडा दे पिंड सारे मतलब राय कम्यूनिटी नूं बिलोंग करते हैं इन्हां दी अपनी बोली है अपना पहरावा अपना कल्चर है। बाई कहना मेरा फोटो कर तेरा फोटो क्यों करा दस पहला फेमस होना बाद तू हो गया फेमस लै बी मित्रों इन फेमस करो देखता लै इधर हूं फेमस होना मैं कहना ज्यों ज्यों यार असि फिरोजपुर के नेड़े आते जाने ना त्यों त्यों मतलब आ गन्ने वाला काम वधदा जांदा उधर नूं गन्ना घट सीगा ते इधर गन्ना बहुत ज़्यादा आने लग गया सानू पर माझे एरिए का गन्ना होर भी ज़्यादा ये मतलब कलाड़ी लगी हुई है गन्ना पीटते इतने पहला साढ़े पिंड च भी होंगे सीगे छोटे होंगे तो देखता रहा मैं लगता है 95 के नेड़े तेड़े दी गल्ल। सत श्री अकाल माता जी है अच्छा सुनता नहीं कहते सुनता घट चलो मेरी सत श्री अकाल मान ली उन्होंने ते ए चलाता भाई गन्ना पीड़ो रस है तोड़े कोले प्या दोगे हाँ बस ठीक है रस प्याओ यार आ देखो भाई ए गन्ना पीड़ते पहला इंजन चलता हुंदा सीगा पहला पिंडा ने पिंड ना अपने गन्ने बीजे करते सीगे हुण तां सरकार दियां थोड़ियां कुछ माड़ियां नीतियां करके यार गन्ने का रेट रूट जां मिलां वाले पैसे पूसे नहीं दिंदे है ना लोग बीजणों हट गए पर इधरले एरिए च अजे तुहानू फिरोजपुर ज्यों ज्यों आपां माझे वल नूं जावांगे सारे गन्ना ही गन्ना मिलूगा। पंजाब की मुख खेती होया करती सी किसे टाइम इह इह लिया आ गया रस आई जांदा है निकल गया ताजा ताजा कढ के पीवांगे मैं कहा ताजा ताजा कढ के पीवांगे हैं लाइव वीडियो फेस यूट्यूब ते साडा पंजाबी ट्रैवल कपल दे के जाने थानू स्टिकर ओ पीपे ते ला दिओ पीपे ते ला दिओ स्टिकर हाँ इतने ला दो इधरले पास आ चली जाता है उबालन आला काम इतना गुड़ बनूंगा गन्ने हाँ रस पाया उबाल दे पहले नू है ना उबाल के फिर गुड़ तैयार होंगे है पूरा कलाड़ी आला काम है कलाड़ी उ पीड़ते हैं कलाड़ी आ रस आ रह गया भाफ ही बहुत है यार खुशी है सही गल है आ पट्ठी है बी जी आ ऐ च की हुंदा गा है की निकलदा शेक अच्छा हुण तां यार खत्म हो गई बहुत टाइम हो गया देखी नहीं है भट्ठियां
ਅੱਛਾ ਤੁਸੀਂ ਇਹਦੇ ਵਿੱਚ ਫਿਰ ਜਿਵੇਂ ਗੁੜ ਬਣਾਉਂਦੇ ਹੁੰਦੇ ਉਹ ਕਿਵੇਂ ਬਣਾਉਂਦੇ ਤੁਹਾਡੇ ਕੋਲ ਭਾਂਡੇ ਭੁੰਡੇ ਹੈਗੇ ਆ ਅੱਛਾ ਉਧਰ ਪਿਆ ਹੈਗਾ ਠੀਕ ਹੈ ਤੁਸੀਂ ਆਪਣੇ ਹੀ ਪੀੜ ਰਹੇ ਹੋ ਕਿ ਸੇਲ ਕਰਦੇ ਹੋ ਅੱਛਾ ਵੇਚਦੇ ਨਹੀਂ ਹੈਗੇ ਅੱਛਾ ਘਰੇ ਘਰੋਂ ਵੇਚੋਗੇ ਇੱਥੇ ਤਾਂ ਨਹੀਂ ਵੇਚਦੇ ਹੈਂ ਘਰ ਲੈ ਗਏ ਅੱਛਾ ਘਰ ਲਿਜਾ ਕੇ ਵੇਚੋਗੇ ਠੀਕ ਹੈ ਬਾਈ ਆਹ ਜਿਹੜੀ ਆ ਗਾਦ ਨਿਕਲੀ ਆ ਉਹ ਆ ਸਵਾਹ ਹਾਂ ਅੱਛਾ ਠੀਕ ਹੈ ਪਰਿਵਾਰ ਲੱਗੇ ਹੋਏ ਹੋ ਸਾਰਾ ਪਰਿਵਾਰ ਪਰਿਵਾਰ ਦੇ ਬੰਦੇ ਹੋ ਅੱਛਾ ਭਰਾ ਠੀਕ ਹੈ ਤੁਹਾਡੀ ਤੁਹਾਡਾ ਹੀ ਇੱਕ ਹੈ ਅੱਛਾ ਤੁਹਾਡਾ ਸਾਰਾ ਆਪਦਾ ਲਾਇਆ ਹੋਇਆ ਠੀਕ ਹੈ ਬਾਈ ਠੀਕ ਹੈ ਵਧੀਆ ਵਧੀਆ ਇਹ ਇਹ ਵੀ ਪੰਜਾਬ ਦਾ ਹਿੱਸਾ ਯਾਰ ਮੇਰੇ ਮਨ 'ਚ ਸੀ ਵੀ ਤੁਹਾਨੂੰ ਕਲਾੜੀ ਨਾ ਕਿਤੇ ਨਾ ਕਿਸੇ ਕਿਸੇ ਨਾ ਕਿਸੇ ਵਲੌਗ 'ਚ ਦਿਖਾਵਾਂਗੇ ਕਿਉਂਕਿ ਅਸੀਂ ਤੁਹਾਨੂੰ ਪੰਜਾਬ ਦਿਖਾਉਣਾ ਹੈ ਵੀ ਅਸਲ 'ਚ ਪੰਜਾਬ ਕੀ ਹੈ ਅਸਲ 'ਚ ਪੰਜਾਬ ਇਹੀ ਹੈ ਪੰਜਾਬ ਦੇ ਰੰਗ ਹੈ ਸਾਰੇ ਮਤਲਬ ਜਿਹੜੇ ਤੁਹਾਨੂੰ ਦਿਖਾਉਣੇ ਆ ਭਰਾ ਯਾਰ ਆਹਾ ਜਿਹੜਾ ਨਜ਼ਾਰਾ ਇੱਥੇ ਹੈ ਨਾ ਉਹ 5 ਸਟਾਰ ਦੀਆਂ ਕਾਕਟੇਲ ਮਾਕਟੇਲ 'ਚ ਨਹੀਂ ਹੈਗਾ ਜਿਹੜਾ ਆਹ ਸਟੀਲ ਦੇ ਗਲਾਸ 'ਚ ਗੰਨੇ ਦਾ ਰਸ ਪੀਣ ਦਾ ਨਜ਼ਾਰਾ ਹੈ ਬਾਈ ਨਜ਼ਾਰਾ ਆ ਗਿਆ ਯਾਰ ਬਹੁਤ ਸਵਾਦ ਆ ਕਿਉਂ ਖੁਸ਼ੀ ਮੰਨਦੀ ਹੈ ਸਹੀ ਗੱਲ ਸੱਚੀ ਹੈ ਮੇਰੀ ਕਹੀ ਕਿ ਨਹੀਂ ਬਹੁਤ ਸਵਾਦ ਆ ਯਾਰ ਨਜ਼ਾਰਾ ਆ ਗਿਆ ਖੁਸ਼ੀ ਮੇਰੇ ਨਾਲ ਆਏ ਹੈ ਨਾ ਜਿਵੇਂ ਸੱਗੀ ਨਾਲ ਪਰਾਂਦਾ ਦੇਖ ਲੈ ਜਿੱਥੇ ਮੈਂ ਕੰਫਰਟੇਬਲ ਆ ਉੱਥੇ ਖੁਸ਼ੀ ਨਜ਼ਾਰੇ ਲੈਂਦੇ ਫਿਰਦੇ ਆ ਦੋਨੇ ਮੀਆਂ ਬੀਬੀ ਪੰਜਾਬ ਦੇ ਉਹ ਮੈਨੂੰ ਭਰਾ ਦੇ ਇੱਕ ਗਲਾਸ ਹੋਰ ਮੈਂ ਤਾਂ ਪੀਊਂਗਾ ਬਾਈ ਲਓ ਜੀ ਕਾਲਾ ਘੋੜਾ ਆਪਣਾ ਲੰਘੜਾ ਹੋ ਗਿਆ ਅਤੇ ਟ੍ਰੀਟਮੈਂਟ ਚੱਲ ਰਿਹਾ ਬਾਈ ਜੀ ਲਾਉਣਗੇ ਪਲਸਤਰ ਇਹਦੇ ਕਿੰਨਾ ਟਾਈਮ ਲੱਗਣਾ ਬਾਈ ਜੀ 10 ਮਿੰਟ 10 ਮਿੰਟ 'ਚ ਕਹਿੰਦੇ ਕਰ ਦਿੰਦੇ ਹਾਂ ਸਹੀ ਨੂੰ ਪੰਕਚਰ ਹੋ ਗਿਆ ਯਾਰ ਇੱਧਰ ਲੈਣਾ ਪਿੰਡਾਂ 'ਚ ਅਸਲ 'ਚ ਕੰਡੇ ਘੁੰਡੇ ਕਿਉਂਕਿ ਪਿੰਡਾਂ ਵਿੱਚ ਜੀ ਕੱਚੇ ਰਾਹ ਹੈ ਅਤੇ ਕੱਚੇ ਰਾਹ ਵਿੱਚ ਜੀ ਫਿਰ ਵੜ ਗਿਆ ਹੋਣਾ ਕੋਈ ਕੰਡਾ ਬਿਮਾਰੀ ਲੱਭ ਗਈ ਜੀ ਅਤੇ ਪੰਜਾਬੀ ਟਰੈਵਲ ਕਪਲ ਆਪਣੇ ਰਾਹ 'ਤੇ ਹੋਊਗਾ ਦੁਬਾਰੇ ਇਹ ਨਹਿਰਾਂ ਆ ਗਈਆਂ ਜੀ ਆਹ ਨਾਲਾ ਆ ਗਿਆ ਅਤੇ ਅੱਗੇ ਨਹਿਰ ਆ ਗਈ ਫਿਰ ਟੱਪ ਕੇ ਹੁਣ ਆਪਾਂ ਹੁਸੈਨੀ ਵਾਲੇ ਮੇਨ ਰੋਡ 'ਤੇ ਚੜ੍ਹ ਜਾਣਾ ਹੈਗਾ ਆਹ ਨਾਲਾ ਟੱਪ ਕੇ ਅੱਗੇ ਆਪਾਂ ਹੁਸੈਨੀ ਵਾਲੇ ਨੂੰ ਚਲੇ ਜਾਣਾ ਹੁਸੈਨੀ ਵਾਲਾ ਮੇਨ ਰੋਡ ਹੈ ਹੁਸੈਨੀ ਵਾਲਾ ਇਹ ਹੁਸੈਨੀ ਵਾਲਾ ਮੇਨ ਰੋਡ ਆ ਗਿਆ ਹੁਣ ਓਹੋ ਗੱਡੀਆਂ 'ਚ ਗੱਡੀਆਂ ਵੱਜੀਆਂ ਸੀ ਲਓ ਜੀ ਇਹ ਮੇਨ ਰੋਡ ਆ ਗਿਆ ਇੱਧਰ ਨੂੰ ਰਹਿ ਗਿਆ ਹੁਸੈਨੀ ਵਾਲਾ ਅਤੇ ਇੱਧਰ ਆ ਗਿਆ ਫਿਰੋਜ਼ਪੁਰ ਫਿਰੋਜ਼ਪੁਰਾ ਮੇਲਾ ਦਾ ਤਾਂ ਸਾਰਾ 4-5 ਕਿਲੋਮੀਟਰ ਬੰਦੇ ਆਪਾਂ ਨੂੰ ਇੱਥੇ ਮਿਲਣ ਆਏ ਹੋਏ ਇੱਥੇ ਵੀ ਮੈਨੂੰ ਲੱਗਦਾ ਘੇਰ ਲਿਆ ਪੰਜਾਂ ਦਿਨ ਲੈ ਕੀ ਹਾਲ ਆ ਭਰਾ ਠੀਕ ਠਾਕ ਜੀ ਹੋਰ ਠੀਕ ਠਾਕ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਹੁਸੈਨੀ ਵਾਲਾ ਕਿੰਨੇ ਤੋਂ ਚਾਹ ਪਾਣੀ ਬਸ ਬਾਈ ਜੀ ਧੰਨਵਾਦ 1.5 ਕਿਲੋਮੀਟਰ ਇੱਥੋਂ ਬਾਈ ਕਹਿੰਦੇ 1.5 ਕਿਲੋਮੀਟਰ ਹੈ ਹੁਸੈਨੀ ਵਾਲਾ ਅਤੇ ਸਾਡਾ ਪਰੇਡ ਦਾ ਟਾਈਮ ਵੀ 4 ਵਜ ਗਏ ਨਾ 4:30 ਹੈ ਟਾਈਮਿੰਗ ਠੀਕ ਹੈ ਨੇੜੇ ਵਾਲੇ ਨੂੰ ਵੱਧ ਪਤਾ ਅਤੇ ਕਹਿੰਦੇ 4:30 ਹੈ ਅੱਜ ਵੈਸੇ ਸੂਰਜ ਵੀ ਵਧੀਆ ਨਿਕਲਿਆ ਹੋਇਆ ਸੀਗਾ ਧੁੱਪ ਸੀਗੀ ਦਿਨ ਵਧੀਆ ਖੜਾ ਚਲੋ ਠੀਕ ਹੈ ਫਿਰ ਮਿਲਦੇ ਹਾਂ ਲੇਟ ਨਾ ਹੋ ਜਾਈਏ ਅਸੀਂ ਠੀਕ ਹੈ ਥੈਂਕ ਯੂ ਚੰਗਾ ਭਰਾ ਥੈਂਕ ਯੂ ਓਕੇ ਬਾਈ ਓਕੇ ਓਕੇ ਇਹ ਆ ਹੁਸੈਨੀ ਵਾਲੇ ਦਾ ਸਟੇਸ਼ਨ ਜਿਹੜਾ ਇਧਰਲਾ ਸਾਰਾ ਏਰੀਆ ਅਗਲਾ ਪਾਕਿਸਤਾਨ ਨੇ ਆਪਦੇ ਕਬਜ਼ੇ 'ਚ ਲੈ ਲਿਆ ਸੀਗਾ ਜਿਵੇਂ ਪਿਛਲੇ ਵਲੌਗ 'ਚ ਤੁਹਾਨੂੰ ਦਿਖਾਇਆ ਫਿਰ ਹੁਸੈਨੀ ਵਾਲਾ ਮਤਲਬ ਹੁਸੈਨੀ ਵਾਲੇ ਦੇ ਫਾਜ਼ਿਲਕਾ ਇਹ ਤਬਾਦਲਾ ਹੋ ਕੇ ਛਡਾਇਆ ਗਿਆ ਸੀਗਾ ਥਾਂ ਅਤੇ ਇਹ ਬ੍ਰਿਜ ਇੱਥੇ ਤੱਕ ਪਾਕਿਸਤਾਨ ਆਰਮੀ ਆ ਗਈ ਸੀ ਆਪਣਾ ਅੱਜ ਦਾ ਵਲੌਗ ਅਤੇ ਅੱਜ ਦਾ ਸਫ਼ਰ ਯਾਰ ਬਹੁਤ ਥਕਾਵਟ ਵਾਲਾ ਅਤੇ ਲੰਬਾ ਰਿਹਾ ਕਿਉਂਕਿ 70-80 ਕਿਲੋਮੀਟਰ ਤੈਅ ਕਰਕੇ ਅਸੀਂ 4 ਵਜੇ ਦੇ ਨੂੰ ਪਹੁੰਚ ਗਏ ਹੁਸੈਨੀ ਵਾਲੇ ਸੋ ਅਗਲੇ ਵਲੌਗ ਦਾ ਤੁਸੀਂ ਕਰਿਓ ਇੰਤਜ਼ਾਰ ਆਉਣ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਹੁਸੈਨੀ ਵਾਲਾ ਘੁਮਾਵਾਂਗੇ ਨਾਲ ਨਾਲ ਹੁਸੈਨੀ ਵਾਲੇ ਦੀ ਪਰੇਡ ਘੁਮਾਵਾਂਗੇ ਜਿੱਥੇ ਇੱਥੇ ਸਮਾਧਾਂ ਬਣੀਆਂ ਹੋਈਆਂ ਹੁਸੈਨੀ ਵਾਲੇ ਦੀ ਪਰੇਡ ਦਿਖਾਵਾਂਗੇ ਘੁਮਾਵਾਂਗੇ ਦਿਖਾਵਾਂਗੇ ਮਤਲਬ ਹਾਂ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀਆਂ ਇੱਥੇ ਮਤਲਬ ਜਿਹੜੀ ਸਮਾਧੀ ਬਣੀ ਹੋਈ ਹੈ ਹੁਸੈਨੀ ਵਾਲੇ 'ਚ ਮੈਮੋਰੀਅਲ ਬਣਿਆ ਹੋਇਆ ਇੱਕ ਅਤੇ ਇੱਕ ਲਾਸਟ ਸਟੇਸ਼ਨ ਬਣਿਆ ਹੋਇਆ ਇੱਥੋਂ ਮਤਲਬ ਫਿਰੋਜ਼ਪੁਰ ਤੋਂ ਲਾਹੌਰ ਟ੍ਰੇਨ ਜਾਂਦੀ ਹੁੰਦੀ ਸੀ ਉਹ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਸਾਰੀਆਂ ਹੋਰ ਵਿਰਾਸਤੀ ਅਤੇ ਕੀਮਤੀ ਚੀਜ਼ਾਂ ਇੱਥੇ ਦੇਖਣ ਵਾਲੀਆਂ ਇਹ ਸਾਰਾ ਕੁਛ ਅਗਲੇ ਵਲੌਗ 'ਚ ਅਗਲੇ ਵਲੌਗ ਦਾ ਤੁਸੀਂ ਕਰਿਓ ਇੰਤਜ਼ਾਰ ਅਤੇ ਮਿਲਦੇ ਸਤਿ ਸ਼੍ਰੀ ਅਕਾਲ ਬਾਏ